ਉਹ ਸਾਰੀ ਹਾਲਤ ਦੱਸੀ ਹੈ ਕਿ ਅੱਜ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਹੋ ਗਈ ਹੈ, ਪਵਿੱਤਰ ਤਾਲ ਪੂਰ ਦਿੱਤਾ ਗਿਆ ਹੈ ਸਾਡੇ ਗੁਰੂਆਂ ਦੇ ਨਗਰੀ ਦੇ ਵਿੱਚ। ਜਾਲਮਾਂ ਨੇ ਕਬਜ਼ਾ ਕਰ ਲਿਆ ਹੈ, ਬਖਸ਼ੀ ਜਹਾਨ ਖਾਂ ਜਮਾਲ ਸ਼ਾਹ ਵਰਗੇ ਨੇ, ਬਾਬਾ ਦੀਪ ਸਿੰਘ ਜੀ ਨੇ ਕਲਮ ਉੱਥੇ ਰੱਖ ਦਿੱਤੀ ਹੈ। ਕਹਿੰਦੇ ਗੁੱਸੇ ਦੇ ਨਾਲ ਅੱਖਾਂ ਲਾਲ ਹੋ ਗਈਆਂ ਨੇ, ਮੱਥੇ 'ਤੇ ਤਿਉੜੀਆਂ ਪੈ ਗਈਆਂ ਨੇ ਬਾਬਾ ਦੀਪ ਸਿੰਘ ਜੀ ਦੇ, ਅਤੇ ਦੰਦ ਕੱਚੇ ਹੈ ਕਿ ਸਾਡੇ ਗੁਰੂਆਂ ਦੀ ਨਗਰੀ 'ਤੇ ਐਡੀ ਬੇਅਦਬੀ ਹੋ ਗਈ ਅਤੇ ਸਾਨੂੰ ਅੱਜ ਤੱਕ ਹਜੇ ਤੱਕ ਪਤਾ ਨਹੀਂ ਲੱਗਿਆ। ਗੁਰਮੁਖੋ ਸਿੱਧਾ ਤਲਵਾਰ ਦੀ ਮੁੱਠ 'ਤੇ ਹੱਥ ਗਿਆ ਹੈ ਵੀ ਮੈਂ ਹੁਣੇ ਉਹਨਾਂ ਜਾਲਮਾਂ ਦਾ ਖਾਤਮਾ ਕਰ ਦੇਵਾਂ। ਗੁਰਮੁਖੋ ਅਤੇ ਉਸੇ ਟਾਈਮ ਬਾਬਾ ਦੀਪ ਸਿੰਘ ਨੇ ਭਾਗ ਸਿੰਘ ਨੂੰ ਇੱਕ ਗੱਲ ਕਹਿ ਦਿੱਤੀ ਹੈ, ਸਿੰਘਾ ਤੇਰਾ ਧੰਨਵਾਦ ਆ ਜੋ ਸਾਨੂੰ ਲਿਆ ਕੇ ਤੁਸੀਂ ਖਬਰ ਦਿੱਤੀ ਹੈ। ਤਕਰੀਬਨ 15-20 ਦਿਨ ਲੱਗਣਗੇ, 15-20 ਦਿਨਾਂ ਦੇ ਬਾਅਦ ਅਸੀਂ ਸਵਾਗਤ ਤਿਆਰੀ ਕਰਕੇ ਅਤੇ ਹੱਲਾ ਬੋਲਣਾ ਹੈ। ਗੁਰਮੁਖ ਕਹਿੰਦੇ ਮਾਮਲੇ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਦੇ ਵਿੱਚ ਸਾਹਿਬ ਦੀ ਪਵਿੱਤਰ ਧਰਤੀ 'ਤੇ ਜਿੱਥੇ ਗੁਰੂ ਦੀਆਂ ਗੁਰੀਆਂ ਦੀ ਸੇਵਾ ਕੀਤੀ ਅਤੇ ਉੱਥੇ ਸਿੰਘਾਂ ਨੂੰ ਨਾਲ ਸ਼ਸਤਰ ਵਿੱਦਿਆ ਵੀ ਦਿੱਤੀ, ਸਿੰਘਾਂ ਦੇ ਕਾਫੀ ਸਮੁੱਚੇ ਹੀ ਮਾਲਵੇ ਦੇ ਵਿੱਚ ਸਿੰਘ ਆਉਂਦੇ ਸਨ, ਤਾਂ ਉਸ ਟਾਈਮ 'ਤੇ ਬਾਬਾ ਦੀਪ ਸਿੰਘ ਨੇ ਸਮੁੱਚੇ ਹੀ ਮਾਲਵੇ ਦੇ ਵਿੱਚ ਫਰਮਾਨ ਭੇਜ ਦਿੱਤੇ ਹੈ ਕਿ ਵੀ ਜੰਗ ਦਾ ਬਿਗਲ ਵੱਜ ਚੁੱਕਾ ਹੈ, ਕਿਉਂਕਿ ਅੱਜ ਸਾਨੂੰ ਲੋੜ ਆ ਸਾਡਾ ਸੀਸ ਦੇਣ ਦੀ। ਗੁਰਮੁਖੋ ਕਹਿੰਦੇ ਉਸੇ ਟਾਈਮ ਬਾਬਾ ਦੀਪ ਸਿੰਘ ਜੀ ਦੇ ਜਿਵੇਂ ਜਿਵੇਂ ਫਰਮਾਨ ਮਿਲਦੇ ਆ ਰਹੇ ਆ, ਫਰਮਾਨ ਮਿਲਣ ਸਾਰ ਕੋਈ ਕੌਮ ਇਕੱਠੀ ਹੁੰਦੀ ਹੈ, ਕੋਈ ਪੈਸੇ 'ਤੇ ਇਕੱਠਾ ਹੁੰਦਾ ਹੈ, ਗੁਰਮੁਖੋ ਕੋਈ ਹੋਰ ਚੀਜ਼ 'ਤੇ ਇਕੱਠੇ ਹੋਏ ਕਰਦੇ, ਪਰ ਜਿਹੜੀ ਸਾਡੀ ਸਿੰਘਾਂ ਦੀ ਸਿੱਖ ਕੌਮ ਆ ਨਾ, ਜਦੋਂ ਕਹਿ ਦਈਏ ਵੀ ਸ਼ਹੀਦੀ ਪਾਉਣ ਜਾਣਾ ਤਾਂ ਸਾਡੀ ਕੌਮ ਇਕੱਤਰ ਹੁੰਦੀ ਆ ਉਸ ਟਾਈਮ 'ਤੇ। ਗੁਰਮੁਖੋ ਸ਼ਹੀਦੀਆਂ ਪਾਉਣ ਦੇ ਨਾਂ ਨਾ ਸੁਣਨ ਸਾਰ ਹੀ ਸਿੱਖ ਆਪਣੇ ਵੀਰਾਂ ਕਰ ਦਿੱਤੀਆਂ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ 'ਤੇ। ਆਓ ਪਿਆਰਿਓ, ਹੁਣ ਉਸ ਟਾਈਮ 'ਤੇ ਜੋ ਸਿੰਘ ਇਕੱਠੇ ਹੋਏ ਆ, ਕਹਿੰਦੇ ਜੰਗ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਚੰਗੇ ਹਥਿਆਰ ਹੋਣੇ ਜ਼ਰੂਰੀ ਹੈ, ਦੂਸਰੀ ਗੱਲ ਚੰਗੇ ਜਵਾਨ ਹੋਣੇ ਜ਼ਰੂਰੀ ਹੈ, ਪਰ ਦੂਸਰੇ ਪਾਸੇ ਸਾਡੇ ਕੋਲ ਉਸ ਟਾਈਮ 'ਤੇ ਸਿੰਘਾਂ ਦੇ ਕੋਲ ਨਾ ਤਾਂ ਚੰਗੇ ਹਥਿਆਰ ਹੈ, ਪਰ ਧੰਨ ਗੁਰੂ ਦਸ਼ਮੇਸ਼ ਪਿਤਾ ਬਾਜਾਂ ਵਾਲੇ ਪਾਤਸ਼ਾਹ ਜੀ ਨੇ ਐਸਾ ਜੋ ਸਾਨੂੰ ਅੰਮ੍ਰਿਤ ਪਾਨ ਕਰਕੇ ਜੋਸ਼ ਦਿੱਤਾ, ਜੋਸ਼ ਜ਼ਰੂਰ ਹੈ, ਹੌਸਲਾ ਜ਼ਰੂਰ ਹੈ। ਆਓ ਗੁਰਮੁਖੋ, ਮਹਾਂਕਵੀ ਬਾਬੂ ਰਤਨ ਅਲੀ ਖਾਨ ਜੀ ਸਾਹੋ ਕਿਆ ਵਾਲਿਆਂ ਨੇ ਜੋ ਸਾਰਾ ਸਮੁੱਚਾ ਸੀਨ ਪੇਸ਼ ਕੀਤਾ ਹੈ ਕਿ ਬਾਬਾ ਦੀਪ ਸਿੰਘ ਜੀ ਦੇ ਨਾਲ ਉਸ ਟਾਈਮ 'ਤੇ ਤਕਰੀਬਨ 6,000 ਦੇ ਕਰੀਬ ਆਪਣੇ ਸਿੰਘ ਇਕੱਠੇ ਹੋਏ ਆ, ਜਿਹਦੇ ਵਿੱਚੋਂ 400 ਪੈਦਲ ਆ ਅਤੇ 100 ਸਾਡੀਆਂ ਭੈਣਾਂ ਨੇ ਵੀ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਣ ਲਈ ਇਕੱਠੀਆਂ ਹੋਈਆਂ ਨੇ। ਆਓ ਗੁਰਮੁਖੋ, ਉਹ ਸਾਰਾ ਸੀਨ ਤੁਹਾਡੀ ਸੇਵਾ ਜਾਂ ਕਿਸ਼ ਜਿੱਥੇ ਵੱਲੋਂ ਉਹ ਪੇਸ਼ ਕੀਤਾ ਜਾ ਰਿਹਾ।